ਤਰਨਤਾਰਨ ਦੇ ਸਰਹਾਲੀ ਪਿੰਡ ਵਿੱਚ ਪੈਟਰੋਲ ਪੰਪ ਤੇ ਨਕਾਬਪੋਸ਼ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਦਸਤਗੀਰ ਪੈਟਰੋਲ ਪੰਪ ਤੇ ਦੇਰ ਰਾਤ ਤਕਰੀਬਨ 4 ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਤੇ 10,000 ਦੀ ਲੁੱਟ ਨੂੰ ਅੰਜਾਮ ਦਿੱਤਾ। ਇਸ ਸੰਬੰਧੀ ਪੈਟਰੋਲ ਪੰਪ ਮਾਲਕ ਸਰਬਜੀਤ ਸਿੰਘ ਨੇ ਦੱਸਿਆ ਕਿ ਲੁਟੇਰੇ ਉਹਨਾਂ ਦੇ ਪੰਪ ਤੋਂ ਪੈਸਿਆਂ ਵਾਲੀ ਸੇਫ ਵੀ ਲੈ ਗਏ। चौबी घंटे पंप साडा खुला हुंदा रात लगभग पौने के 4 बजे 3:38 का टाइम सीगा। उदो 4 नौजवान आए आण के मुंडिया मेरे नूं कहिंदे तेल पाउणा, तेल पाउण तो बाद उन्हां झगड़ा किया। मुंडे ने कहा पैसे सानूं पहला दिओ, लेकिन उन्हां झगड़ा किया। गन पॉइंट के उत्ते जिहड़ा सानूं उन्हां ने मुंडे नूं उठा लिया भी दिओ जिन्ना कैश है। उन्हां दी जेब चों 8-10,000 रुपये जेब सीगा वह कट लिया। ਉਸ ਤੋਂ ਬਾਅਦ ਉਹ ਕਹਿੰਦੇ ਆਪਣਾ ਸ਼ੋਰੂਮ ਖੋਲੋ, ਸ਼ੋਰੂਮ ਖੋਲ੍ਹ ਕੇ ਸਾਡਾ ਸੇਫ ਪਿਆ ਲਗਭਗ 50 ਕਿਲੋ ਦੀ ਸੇਫ ਆ। ਉਹ 3-4 ਜਾਣੇ ਚੁੱਕ ਕੇ ਗੱਡੀ 'ਚ ਰੱਖ ਕੇ ਉਹ ਲੈ ਗਿਆ ਅਤੇ ਕੈਸ਼ ਦਾ ਤਾਂ ਨੁਕਸਾਨ ਹੋਇਆ ਹੀ ਹੈ, ਲੇਕਿਨ ਚਲੋ ਸਾਡੇ ਬੰਦਿਆਂ ਦਾ ਬਚਾਅ ਹੋ ਗਿਆ। ਸਿਕਿਉਰਟੀ ਗਾਰਡ ਤਾਂ ਸਰ ਸਾਡੇ ਮੁੰਡੇ ਹੀ ਹੈ ਜੀ। ਸਿਕਿਉਰਟੀ ਗਾਰਡ ਅਸੀਂ ਪੁਲਿਸ ਨੂੰ ਅੱਗੇ ਸੋ ਮੈਨੀ ਟਾਈਮ ਅੱਗੇ ਵੀ ਇਹਨਾਂ ਨੂੰ ਡਿਮਾਂਡ ਕੀਤੀ ਆ ਕਿ ਰਾਤ ਨੂੰ ਸਾਨੂੰ ਕੋਈ ਇੱਕ ਅੱਧਾ ਬੰਦਾ ਰਾਤ ਨੂੰ ਦੇ ਦਿਆ ਕਰੋ, ਲੇਕਿਨ ਪੁਲਿਸ ਵਾਲੇ ਕਹਿੰਦੇ ਸਾਡੇ ਕੋਲ ਨਫਰੀ ਬੜੀ ਘੱਟ, ਅਸੀਂ ਆਪਣੇ ਕੋਲ ਨਹੀਂ ਹੈਗੇ ਬੰਦੇ, ਤੁਹਾਨੂੰ ਕਿੱਥੋਂ ਦੇ ਦਈਏ। ਪ੍ਰਾਈਵੇਟ ਦੇ ਤੌਰ 'ਤੇ ਸਰ ਅਸੀਂ ਕਰ ਰਹੇ ਹਾਂ ਕੋਸ਼ਿਸ਼, ਅਖਬਾਰ ਦੇ ਵਿੱਚ ਵੀ ਅਸੀਂ ਦੱਸਿਆ ਔਰ 2-4 ਸਾਬਕਾ ਫੌਜੀਆਂ ਨੂੰ ਵੀ ਕਿਹਾ ਵੀ ਸਾਡੇ ਨਾਲ ਕਰੋ ਰਾਬਤਾ, ਗੰਨ ਵਾਲਾ ਬੰਦਾ ਚਾਹੀਦਾ।